ਸੋ ਸਮੁੱਚੀ ਸੰਗਤ ਦਾ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਥਾਨ 'ਤੇ ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਨਾਮ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਪਾਂ ਨੂੰ ਫਿਰ ਦੁਬਾਰਾ ਜੁੜ ਬੈਠਣ ਦਾ ਸੁਭਾਗ ਸਮਾਂ ਮਿਲਿਆ ਜੀ। ਸੋ ਆਓ ਇੱਕ ਸ਼ਬਦ ਦੀ ਹਾਜ਼ਰੀ ਉਪਰੰਤ ਨਾਲ ਸਪੜਾਂਗੇ। ਪਿਆਰ ਸਤਿਕਾਰ ਦੇ ਨਾਲ ਮਨੋਵਿਰਤੀਆਂ ਕਾਦਰ ਕਰਦੇ ਹੋਏ ਸਤਿਗੁਰੂ ਦੇ ਮਾਣ ਨਾਲ ਲਈਏ ਜੀ। ਪਿਆਰ ਸਤਿਕਾਰ ਸਵੇਰਾ
छाड़ में
ਜਨ ਸਿਰਾਂ ਨੂੰ ਪੰਥ ਨਾ ਸਵਾਰਾ ਸਾਜ Yeah.